ਅਮਨ ਸਿੰਘ ਦੀਪ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਕਿਸੇ ਨੇ ਕਿਆ ਖੂਬ ਕਿਆ ਹੈ। ਮੰਜ਼ਿਲ ਮਿਲੇਗੀ ਜ਼ਰੂਰ ਰਾਹ ਤੇ ਤੁਰਤਾ ਸਹੀ। ਮੰਜ਼ਿਲ ਮਿਲੇਗੀ ਜ਼ਰੂਰ ਰਾਹ ਤੇ ਤੁਰਤਾ ਸਹੀ। ਮੁਕਾਮ ਹਾਸਲ ਹੋਏਗਾ ਜ਼ਰੂਰ ਤੂੰ ਉਡਾਨ ਭਰਤਾ ਸਹੀ। ਜੇ ਬਿਲਕੁਲ ਪੰਜਾਬੀ 뮤직 ਇੰਡਸਟਰੀ ਵਿੱਚ ਆਪਣੇ ਹੌਸਲੇ ਦੀ ਉਡਾਨ ਭਰ ਰਹੇ ਨਵੇਂ ਕਲਾਕਾਰਾਂ ਨੂੰ ਮੈਂ ਤੁਹਾਨੂੰ ਮਿਲਾਨਾ ਮੈਂ ਖਾਸ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ ਫਸਲੁਕ। ਦੋਸਤੋ ਅੱਜ ਮੈਂ ਤੁਹਾਨੂੰ ਜਿਸ ਉੱਭਰਤੇ ਹੋਏ ਕਲਾਕਾਰ ਨਾਲ ਮਿਲਵਾਨ ਜਾ ਰਿਹਾ ਹਾਂ ਉਹ ਹੈ ਤਾਂ ਰੱਬ ਦਾ ਮੈਨ ਪਰ ਉਹ ਗੱਭਰੂ ਅੱਜ ਕੱਲ ਆਪਣੇ ਸ਼ੌਂਕ ਪੂਰੇ ਕਰਨ ਤੇ ਲੱਗਾ ਹੋਇਆ ਤੁਸੀਂ ਪਹਿਚਾਣ ਤਾਂ ਗਏ ਹੋ ਮੈਂ ਕਿਸ ਦੀ ਗੱਲ ਕਰ ਰਿਹਾ ਪਲੀਜ਼ ਵੈਲਕਮ ਸਿੰਘ ਹਰਜੋਤ ਸਤਿ ਸ਼੍ਰੀ ਅਕਾਲ ਸਿੰਘ ਹਰਜੋਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਪੀਡੀਸੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸਿੰਘ ਹਰਜੋਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਜੋਤ ਯਾਰ ਮੈਂ ਗੱਲ ਪੁੱਛਣਾ ਜਨਾ ਤੇਰੇ ਕੋਲੋਂ ਹਾਂਜੀ ਤੁਸੀਂ ਪੰਜਾਬੀ ਬੋਲੀਆਂ ਪਾਉਂਦੇ ਸੀ ਕਾਲਜ ਦੇ ਵਿੱਚ ਹਾਂਜੀ ਪੰਗੜੇ ਦੇ ਨਾਲ ਉਤਤਵਾ ਸਿੱਧਾ ਪ੍ਰੋਫੈਸ਼ਨਲ ਸਿੰਗਿੰਗ ਇਹ ਸਫਰ ਕਿਵੇਂ ਦਾ ਰਿਹਾ ਤੁਹਾਡਾ ਕਿਵੇਂ ਸ਼ੁਰੂਆਤ ਹੋਈ ਪ੍ਰੋਫੈਸ਼ਨਲ ਬੋਲੀਆਂ ਤੋਂ ਸਿੰਗਿੰਗ ਵੱਲ ਇਹ ਭਾਜੀ ਸਫਰ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਮੈਂ ਪਹਿਲੀ ਵਾਰ ਗੁਰੂ ਜੀ ਉਸਤਾਦ ਬੀਐਸ ਨਾਰੰਗ ਸਾਹਿਬ ਕੋ ਗਿਆ ਆਪਣੇ ਫਾਦਰ ਸਾਹਿਬ ਨਾਲ ਮੈਂ ਪਹਿਲੀ ਵਾਰ ਗਿਆ ਸੀ ਅੱਛਾ ਜੀ ਮਤਲਬ ਕਿ ਇਹ ਰੱਬ ਦੀ ਮੈਂ ਬਹੁਤ ਜ਼ਿਆਦਾ ਕਿਰਪਾ ਸਮਝਦਾ ਕਿ ਉਹਨਾਂ ਨੇ ਮੈਨੂੰ ਆਪਣਾ ਸ਼ਗਿਰਦ ਪਾਇਆ ਤੇ ਇਹ ਸਫਰ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਹੁਣ ਇਹ ਚੱਲ ਰਿਹਾ ਜੀ ਜਦੋਂ ਕਹਿੰਦੇ ਨੇ ਕਿ ਆਪਣੇ ਕੰਮ ਦੇ ਪ੍ਰਤੀ ਤੁਸੀਂ ਸੱਚੇ ਆ ਆਪਣੀ ਮਿਹਨਤ ਪ੍ਰਤੀ ਤੁਸੀਂ ਸੱਚੇ ਆ ਤੇ ਫਿਰ ਰੱਬ ਹੌਲੀ ਹੌਲੀ ਸੁਣਦਾ ਤੇ ਕਾਮਯਾਬੀ ਦਿੰਦਾ ਬਿਲਕੁਲ ਇਹ ਤਾਂ ਸਹੀ ਗੱਲ ਤੁਹਾਡੀ ਬਿਲਕੁਲ ਇਹ ਦੱਸੋਗੇ ਤੁਸੀਂ 뮤ਜ਼ਿਕ ਕਿਹਦੇ ਕੋਲੋਂ ਸਿੱਖਿਆ ਸ਼ੁਰੂਆਤ ਕਿਵੇਂ ਤੁਹਾਡੀ ਹੋਈ 뮤ਜ਼ਿਕ ਇੰਡਸਟਰੀ ਦੇ ਵਿੱਚ ਹਾਂਜੀ ਪਹਿਲਾਂ ਜੀ ਮੈਂ ਤਬਲੇ ਤੋਂ ਸਟਾਰਟਿੰਗ ਕੀਤੀ ਜਿੱਦਾਂ ਤਬਲਾ ਪਹਿਲਾਂ ਮੈਂ ਉਸਤਾਦ ਮਨਿੰਦਰ ਪਾਲ ਸਿੰਘ ਨਾਮਤਾਰੀ ਹੋਣਾਂ ਤੋਂ ਸਿੱਖਿਆ ਫਿਰ ਮੈਂ ਉਸਤਾਦ ਬੀ ਐਸ ਨਾਰੰਗ ਜੀ ਮੇਰੇ ਗੁਰੂ ਜੀ ਉਹਨਾਂ ਕੋਲ ਗਿਆ ਉਹਨਾਂ ਨੇ ਮੈਨੂੰ ਸ਼ੁਰੂ ਤੋਂ ਲੈ ਕੇ ਮਤਲਬ ਕਿ ਮੈਂ ਕਹਿ ਸਕਦਾ ਵੀ ਜੋ ਵੀ ਮੈਂ ਇਸ ਲਾਈਨ ਚ ਆਪਣੀ 뮤직 ਲਾਈਨ ਚ ਜਾਂ ਜੋ ਵੀ ਮੈਂ ਗਾ ਸਕਦਾ ਉਹ ਸਭ ਉਹਨਾਂ ਦੀ ਕਿਰਪਾ ਜੀ ਉਸ ਤੋਂ ਬਾਅਦ ਗੋਲਡਨ ਸਟਾਰ ਮਲਕੀਤ ਸਿੰਘ ਜੀ ਮੇਰੇ ਆਈਡੀਅਲ ਮੇਰਾ ਉਸਤਾਦ ਬਣੇ ਮਤਲਬ ਕਿ ਉਹਨਾਂ ਨੇ ਵੀ ਮੈਨੂੰ ਬਹੁਤ ਪਿਆਰ ਦਿੱਤਾ ਤੇ ਮੈਂ ਆਪਣੇ ਉਸਤਾਦਾਂ ਦਾ ਕਦੀ ਦੇਣਾ ਨਹੀਂ ਦੇ ਸਕਦਾ ਹਰ ਜੋ ਤੁਹਾਡਾ ਪਹਿਲਾ ਟਰੈਕ ਆਇਆ ਸੀ ਰੱਬ ਦਾ ਮੈਨ ਬਿਲਕੁਲ ਜੀ ਕਾਫੀ ਅੱਛਾ ਹਿੱਟ ਗਿਆ ਸੀ ਬਿਲਕੁਲ ਕੁਝ ਕਿੱਦਾਂ ਦੱਸੋ ਉਹਦੀ ਪਲੈਨਿੰਗ ਕਿਵੇਂ ਸ਼ੁਰੂ ਹੋਈ ਸੀ ਰੱਬ ਦਾ ਮੈਨ ਜੈਲੀ ਮਜੀਦਪ uri ਸਾਹਿਬ ਨੇ ਲਿਖਿਆ ਜੀ ਉਹਨਾਂ ਨੇ 뮤직 ਦਿੱਤਾ ਤੇ ਦਿਨੇਸ਼ ਜੀ ਸਪੀਡ ਰਿਕਾਰਡ ਤੋਂ ਉਹਨਾਂ ਨੇ ਇਹਨੂੰ ਪ੍ਰੈਜੈਂਟ ਕੀਤਾ ਉਹਨਾਂ ਨੇ ਰਿਲੀਜ਼ ਕੀਤਾ ਜੀ ਉਹ ਮੇਰਾ ਫਰਸਟ ਐਕਸਪੀਰੀਅੰਸ ਕਹੋ ਕਿ ਮੇਰਾ ਮਤਲਬ ਫਰਸਟ ਸਟੈਪ ਸੀਗਾ ਜੀ ਇਸ ਇੰਡਸਟਰੀ ਚ ਮਿਊਜ਼ਿਕ ਇੰਡਸਟਰੀ ਵਿੱਚ ਸੋ ਇਹ ਗਾਣਾ ਤੁਹਾਨੂੰ ਮਿਲਿਆ ਕਿਵੇਂ ਤੁਸੀਂ ਖੁਦ ਗਏ ਸੀ ਉਹਨਾਂ ਕੋਲ ਜਾਂ ਉਹਨਾਂ ਨੇ ਤੁਹਾਨੂੰ ਕਿਤੇ ਗਾਣੇ ਸੁਣਿਆ ਜਾਂ ਕੁਝ ਹਾਂਜੀ ਜੈਲੀ ਮਜੀਦਪੁਰੀ ਸਾਹਿਬ ਨੇ ਮੇਰੀ ਆਵਾਜ਼ ਸੁਣੀ ਉਹਨਾਂ ਨਾਲ ਇੱਕ ਮੁਲਾਕਾਤ ਹੋਈ ਉਹਨਾਂ ਨੇ ਮੇਰੀ ਆਵਾਜ਼ ਸੁਣੀ ਉਹਨਾਂ ਦੇ ਦਿਮਾਗ ਚ ਕੋਈ ਚੱਲਦਾ ਸੀ ਕਹਿੰਦੇ ਕਿ ਮੈਂ ਤੈਨੂੰ ਕੁਝ ਕੋਈ ਸਪੈਸ਼ਲ ਦਊਂਗਾ ਕੁਝ ਲਿਖ ਕੇ ਨਾ ਤੇ ਉਸ ਤੋਂ ਬਾਅਦ ਸਾਡੀ ਮੁਲਾਕਾਤ ਹੋਈ ਤੇ ਉਹਨਾਂ ਨੇ ਮੇਰੇ ਤੋਂ ਹਫ਼ਤੇ ਦਾ ਟਾਈਮ ਮੰਗਿਆ ਕਹਿੰਦੇ ਵੀ ਮੈਨੂੰ ਇੱਕ ਹਫ਼ਤਾ ਦੇ ਜੀ ਮੈਂ ਸੋਚ ਕੇ ਦੱਸਦਾ ਕੁਝ ਫਿਰ ਉਹਨਾਂ ਨੇ ਇੱਕ ਹਫ਼ਤੇ ਬਾਅਦ ਮੈਂ ਫੋਨ ਕੀਤਾ ਜੀ ਮੈਂ ਕਿਹਾ ਹੋਰ ਜੀ ਤੇ ਫਿਰ ਉਹਨਾਂ ਨੇ ਇਹ ਗਾਣਾ ਸੁਣਾਇਆ ਕਹਿੰਦੇ ਮਿਲ ਕੇ ਸੁਣਾਉਂਗਾ ਅੱਛਾ ਇਹਦੇ ਦੋ ਬੋਲ ਸੁਣਾਤੇ ਕਹਿੰਦੇ ਅੱਗੇ ਮਿਲ ਕੇ ਸੁਣਾਉਂਗਾ ਫਿਰ ਅੱਗੇ ਉਹਨਾਂ ਨੇ ਸੁਣਾਇਆ ਟਾਈਟਲ ਰੱਬ ਦਾ ਮੈਨ ਬੜਾ ਅਪੀਲਿੰਗ ਹੈ ਰੱਬ ਦਾ ਮੈਨ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਵੀ ਬਹੁਤ ਅ ਧੰਨਵਾਦੀ ਉਹਨਾਂ ਦੇ ਹਰਜੋਤ ਚਾਹਾਂਗਾ ਯਾਰ ਦੋ ਲਾਈਨਾਂ ਜ਼ਰੂਰ ਸ਼ੇਅਰ ਕਰੇ ਸਾਡੇ ਨਾਲ ਵੀ ਬਿਲਕੁਲ ਜੀ ਮੈਂ ਰੱਬ ਦਾ ਮੈਨ ਇੱਕ ਨਖਰੋ ਦਾ ਫੈਨ ਰੋਡ ਦਾ ਕਿੰਗ ਪੰਜਾਬੀ ਸਿੰਘ ਮੈਂ ਰੱਬ ਦਾ ਮੈਨ ਇੱਕ ਨਖਰੋ ਦਾ ਫੈਨ ਰੋਡ ਦਾ ਕਿੰਗ ਪੰਜਾਬੀ ਸਿੰਘ ਸਾਡੀ ਮਿਹਨਤ ਰੰਗ ਲਿਆਈ ਏ ਉਹਦੀ ਕਿਰਪਾ ਨਾਲ ਚੜਾਈ ਏ ਉਹ ਤਾਈਓ ਗੱਡੀ ਤੇ ਲਖਾਇਆ ਮੁੰਡੇ ਨੇ ਮੈਂ ਰੱਬ ਦਾ ਮੈਂ ਇੱਕ ਨਖਰੋ ਦਾ ਫੈਨ ਰੋਡ ਦਾ ਕਿੰਗ ਪੰਜਾਬੀ ਸਿੰਘ ਵਾਹ ਹਰਜੋਤ ਯਾਰ ਮਜ਼ਾ ਆ ਗਿਆ ਇੰਨੀ ਸੋਹਣੀ ਆਵਾਜ਼ ਬਹੁਤ ਮਿੱਠਾ ਗਾਣਾ ਹੈ ਥੈਂਕ ਯੂ ਜੀ ਬੋਤ ਵਾਕਈ ਯਾਰ ਬਹੁਤ ਮਿੱਠਾ ਗਾਉਂਦੇ ਹੋ ਤੁਸੀਂ ਤੁਸੀਂ ਕੋਸ਼ਿਸ਼ ਕਰੀ ਦੀ ਜੀ ਹਾਂ ਨਹੀਂ ਸੱਚੀ ਮਿੱਠਾ ਗਾਉਂਦੇ ਹੋ ਤੁਹਾਡੀ ਲਾਈਫ 'ਚ ਚੇਂਜਸ ਆਏ ਕੁਝ ਇਸ ਟ੍ਰੈਕ ਤੋਂ ਬਾਅਦ ਬਿਲਕੁਲ ਜੀ ਲਾਈਫ ਤੇ ਜਿੱਦਾਂ ਤੁਸੀਂ ਹੌਲੀ-ਹੌਲੀ ਸਟਰਗਲ ਕਰਦੇ ਆ ਸਟਰਗਲ ਕਰਨ ਤੋਂ ਬਾਅਦ ਤੁਸੀਂ ਹੋਰ ਦੁਨੀਆਦਾਰੀ ਦੇਖਦੇ ਆ ਜੀ ਤੇ ਚੇਂजेस ਹੌਲੀ-ਹੌਲੀ ਆਉਂਦੇ ਰਹਿੰਦੇ ਆ ਜੀ ਅੱਛਾ ਮੈਂ ਇਹ ਸੁਣਿਆ ਕਿ ਤੁਸੀਂ ਇੰਟਰਨੈਸ਼ਨਲੀ ਸ਼ੂਟ ਕੀਤਾ ਗਾਣੇ ਨੂੰ ਸ਼ੂਟਿੰਗ 'ਚ ਕੋਈ ਦਿੱਕਤਾਂ ਜਾਂ ਰਿਲੀਜ਼ ਕਰਨ 'ਚ ਕੋਈ ਦਿੱਕਤ ਇਦਾਂ ਦਾ ਕੁਝ ਹੋਇਆ ਹੋਵੇ ਕਦੀ ਬਸ ਮਹਾਰਾਜ ਦੀ ਕਿਰਪਾ ਨਾਲ ਆਪੀ ਹੋਈ ਗਿਆ ਜੀ ਇੱਕ ਕੈਨੇਡਾ 'ਚ ਸ਼ੂਟ ਕੀਤਾ ਜੀ ਗਾਣਾ ਰੱਬ ਦਾ ਮੈਨ ਸਾਰਿਆਂ ਦੇਖਿਆ ਤੇ ਇੱਕ ਕੈਨੇਡਾ ਵਿੱਚ ਸ਼ੂਟ ਕੀਤਾ ਜੀ ਅਸੀਂ ਬਹੁਤ ਵਧੀਆ ਕਰ ਲਿਆ ਭਾਜੀ ਤੁਹਾਡੇ ਲੇਟੈਸਟ ਟਰੈਕ ਬਾਰੇ ਵੀ ਗੱਲ ਕਰਨੀ ਹੈ ਪਰ ਨਿੱਕੇ ਜੇ ਬ੍ਰੇਕ ਤੋਂ ਬਾਅਦ ਦੋਸਤੋ ਤੁਸੀਂ ਬਿਲਕੁਲ ਕਿਤੇ ਨਹੀਂ ਜਾਣਾ ਨਿੱਕੇ ਜੇ ਬ੍ਰੇਕ ਤੋਂ ਬਾਅਦ ਮਿਲਦੇ ਆ ਤੇ ਕਰਦੇ ਆ ਹੋਰ ਗੱਲਾਂ ਸਿੰਘ ਹਰਜੋਤ ਨਾਲ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਅੱਜ ਗੱਲ ਕਰ ਰਹੇ ਹਾਂ ਸਿੰਘ ਹਰਜੋਤ ਦੇ ਨਾਲ ਹਰਜੋਤ ਜੀ ਹੁਣ ਅਸੀਂ ਗੱਲ ਕਰੀਏ ਤੁਹਾਡੇ ਨਵੇਂ Song ਦੀ ਜਿਹੜਾ ਕਿ ਆਲਰੇਡੀ ਟੀਵੀ ਤੇ ਚੱਲ ਰਿਹਾ ਹੈ ਜਿਹਦਾ ਨਾਮ ਹੈ Song Kapru ਤੇ ਮੈਂ ਪਹਿਲਾਂ ਕੁਝ ਵੀ ਪੁੱਛਾਂ Song ਬਾਰੇ ਮੈਂ ਚਾਹਨਾ ਕਿ ਤੁਸੀਂ ਦੋ ਲੈਣਾ ਜ਼ਰੂਰ ਸੁਣਾਓ ਲੋ ਜੀ ਜ਼ਰੂਰ ਹੋਏ ਕਿ ਸ਼ੌਕਿਆ ਯਾਰਾਂ ਨੂੰ ਗੇੜੀ ਲਾਉਣ ਦਾ ਉਹ ਦੂਜਾ ਕੁਰਤਾ ਪਜਾਮਾ ਚਿੱਟਾ ਪਾਉਣ ਦਾ ਇੱਕ ਸ਼ੌਕਿਆ ਯਾਰਾਂ ਨੂੰ ਗੇੜੀ ਲਾਉਣ ਦਾ ਉਹ ਦੂਜਾ ਕੁਰਤਾ ਪਜਾਮਾ ਚਿੱਟਾ ਪਾਉਣ ਦਾ ਹੋ ਗੱਲ ਕਰੀ ਦੀਆ ਮੂੰਹ ਤੇ ਟਿਕਾ ਕੇ ਸੋਹਣੀਏ ਕਰੀ ਦੀਆ ਮੂੰਹ ਤੇ ਟਿਕਾ ਕੇ ਸੋਹਣੀਏ ਨੀ ਵਟ ਰੱਖੀ ਦਾ ਐ ਮੋਚ ਨੂੰ ਚੜਾ ਕੇ ਉਹ ਸ਼ੌਕ ਸਾਰੇ ਖਰੇ ਰੱਖਿਆ ਸਦਾ ਰੱਖੀ ਦੀਆ ਗੱਲ ਸਿਰੇ ਲਾ ਕੇ ਸ਼ੌਕ ਸਾਰੇ ਖਰੇ ਰੱਖਿਆ ਰੱਖੀ ਦੀਆ ਗੱਲ ਸਿਰੇ ਲਾ ਕੇ ਸ਼ੌਕ ਸਾਰੇ ਖਰੇ ਰੱਖਿਆ ਓਏ ਵਾਹ ਯਾਰ ਕੀ ਹੇਕ ਲਾਈਏ ਬਦਲਿਆ ਤਾਂ ਵੀਰੇ ਮੈਨੂੰ ਮੈਂ Song ਸੁਣ ਰਿਹਾ ਸੀ ਜਦੋਂ ਤੁਹਾਡਾ ਨਾਮ ਆਂਦਾ ਵਿੱਚ ਸਿੰਘ ਹਰਜੋਤ ਤਾਂ ਤੁਸੀਂ ਲਿਖਿਆ ਵੀ ਖੁਦ ਆਪੀ ਜੀ ਜੀ ਬਿਲਕੁਲ ਮੇਰਾ ਆਪਣਾ ਹੀ ਲਿਖਿਆ ਗਾਣਾ ਜੀ ਮੈਂ ਤੁਹਾਨੂੰ ਉਹ ਵੀ ਸੁਣਾ ਦਿੰਦਾ ਉਹ ਗੱਲ ਸੱਚੀ ਹੋਵੇ ਝਟ ਖੜ ਜਾਈਦਾ ਖੜ ਜਾਈਦਾ ਤੇ ਮਨ ਉਹੜ ਜਾਈਦਾ ਗੱਲਾਂ ਮੋੜ ਤੋ ਹੀ ਉੱਚੀਆਂ ਨੇ ਕੀਤੀਆਂ ਵਾਲਾ ਰੱਖਿਆਂ ਦੀ ਫਿਕਰ ਪੜਾਈ ਦਾ ਉਹਦੀ ਕਿਰਪਾ ਦਾ ਯਾਰ ਮੋਜਾ ਮਾਣਦਾ ਸਿੰਘ ਹਰਜੋਤ ਮੋਜਾ ਮਾਣਦਾ ਬਾਬਾ ਐਦਾਂ ਹੀ ਰੱਖੀ ਗੁੱਡੀਆਂ ਚੜਾ ਕੇ ਉਹ ਸ਼ੌਕ ਸਾਰੇ ਖਰੇ ਰੱਖਿਆ ਰੱਖੀ ਦੀਆ ਗੱਲ ਸਿਰੇ ਲਾ ਕੇ ਸ਼ੌਕ ਸਾਰੇ ਖਰੇ ਰੱਖਿਆ ਹਰਜੋਤ ਜਿੰਨਾ ਸੋਹਣਾ ਤੂੰ ਆਪ ਹੀ ਉਹਨਾਂ ਸੋਹਣਾ ਗਾਣੇ ਵੀ ਯਾਰ ਉਹ ਭਾਈ ਥੈਂਕ ਯੂ ਦਾਡਾ ਬਹੁਤ ਵਧੀਆ ਗਾਣਾ ਹਰਜੋਤ ਤੂੰ ਆਪ ਲਿਖਣ ਦਾ ਆਈਡੀਆ ਕਿੱਦਾਂ ਆਇਆ ਕਿ ਮੈਂ ਇਹੀ ਲਿਖਣਾ ਹੈ ਮੈਂ ਸਮਝਦਾ ਜਿਹੜੇ ਜਿੱਦਾਂ ਗਾਇਕੀ ਆ ਜਾਂ ਜਿਹੜੇ ਆਪਾਂ ਜਦੋਂ ਗਾਣਾ ਲਿਖਦੇ ਆ ਇਹ ਸਾਰਾ ਇਹ ਕੁਦਰਤੀ ਰੱਬ ਦੀ ਕਿਰਪਾ ਹੀ ਹੁੰਦੀ ਆ ਜੀ ਇਹ ਕੋਈ ਜਿੱਦਾਂ ਕਿਸੇ ਨੇ ਸਿਖਾਇਆ ਨਹੀਂ ਹੁੰਦਾ ਜੀ ਜਿਹੜਾ ਆਪਾਂ ਕਹੀਏ ਕਦੇ ਲਿਖਣਾ ਸਿੱਖਣਾ ਉਹ ਕਿਸੇ ਨੇ ਸਿਖਾਇਆ ਨਹੀਂ ਇਹ ਕੁਦਰਤੀ ਰੱਬ ਦੀ ਮਿਹਰ ਹੁੰਦੀ ਆ ਜੀ ਮੈਂ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਆ ਮੈਂ ਹੋਰ ਵੀ ਕਈ ਗਾਣੇ ਜਿਹਦਾ ਲਿਖੇ ਆ ਹੂੰ ਹੂੰ ਬਾਕੀ ਸਿੰਗਰਜ਼ ਵੀ ਮੇਰੇ ਜਿਹੜੇ ਭਰਾ ਆ ਉਹ ਵੀ ਆਉਣ ਵਾਲੇ ਟਾਈਮ 'ਚ ਗਾਉਣਗੇ ਮਤਲਬ ਤੁਸੀਂ ਗਾਣੇ ਲਿਖਦੇ ਵੀ ਹੋ ਮੈਂ ਸ਼ੌਂਕ ਰੱਖਦਾ ਜੀ ਮੈਂ ਉਦਾਂ ਬਾਲਾਂ ਨਹੀਂ ਲਿਖਦਾ ਮੈਨੂੰ ਜ਼ਿਆਦਾ ਨਹੀਂ ਪਤਾ ਕਿਉਂਕਿ ਲਿਖਣ ਵਾਲੀ ਗੱਲ ਵੀ ਬਹੁਤ ਪਰੇ ਦੀ ਆ ਜੀ ਕਦੀ ਕਿਸੇ ਨੂੰ ਦਿੱਤਾ ਆਪਣਾ ਲਿਖਿਆ ਹੋਇਆ Song ਗਾਣ ਲਈ ਜਲਦੀ ਆਉਣਗੇ ਜੀ ਤੁਹਾਡੇ ਸਾਹਮਣੇ ਕਿਉਂਕਿ ਮੈਂ ਇਹ ਫਰਸਟ ਗਾਣਾ ਕਿਸੇ ਨੂੰ ਤਾਂ ਪਹਿਲਾਂ ਪਤਾ ਨਹੀਂ ਸੀ ਵੀ ਤੂੰ ਲਿਖਦਾ ਵੀ ਹੈ ਇਹ ਫਰਸਟ ਗਾਣਾ ਜੀ ਮੈਂ ਆਪ ਹੀ ਲਿਖਿਆ ਤੇ ਗਾਇਆ ਤੇ ਹੌਲੀ ਹੌਲੀ ਦੇਖਦੇ ਹੁਣ ਕਿ ਸਾਡੇ ਵੀਰ ਗਾਉਣਗੇ ਸਾਰੇ ਬਹੁਤ ਵਧੀਆ ਮਤਲਬ ਕਿ ਸਿੰਘ ਹਰਜੋਤ ਆਉਣ ਵਾਲੇ ਸਮੇਂ ਵਿੱਚ ਗਾਣ ਦੇ ਨਾਲ-ਨਾਲ ਗਾਣੇ ਲਿਖ ਕੇ ਵੀ ਦਿਆ ਕਰੇਗਾ ਨਹੀਂ ਮੈਂ ਮਤਲਬ ਰਾਈਟਰ ਤਾਂ ਮੈਂ ਨਹੀਂ ਕਹਿ ਸਕਦਾ ਆਪਣੇ ਆਪ ਨੂੰ ਪਰ ਮੈਂ ਉਹਦੀ ਸ਼ੌਂਕ ਰੱਖਦਾ ਮਤਲਬ ਸ਼ੌਂਕ ਸਾਰੇ ਖਰੇ ਰੱਖੇ ਆ ਬਿਲਕੁਲ ਅਰ ਜੋ ਜਿਵੇਂ ਅਸੀਂ ਗੱਲ ਕਰੀਏ ਕਿ ਗਾਣੇ ਦਾ ਮਿਊਜ਼ਿਕ ਬੜਾ ਮੇਜਰ ਰੋਲ ਪਲੇ ਕਰਦਾ ਹੈ ਨਾ ਉਹ ਹਿੱਟ ਹੋਣ ਦੇ ਵਿੱਚ ਬਿਲਕੁਲ ਜੀ ਜਿਵੇਂ ਤੁਸੀਂ ਬੋਲ ਬਹੁਤ ਸੋਹਣੇ ਲਿਖੇ ਨੇ ਪੂਰੇ ਤੈਹ ਦਿਲੋਂ ਲਿਖੇ ਨੇ ਹੈ ਨਾ ਐਵੇਂ ਤੁਸੀਂ ਜਿਹੜਾ ਮਿਊਜ਼ਿਕ ਕਰਵਾਇਆ ਉਹ ਕਿਹਦੇ ਕੋਲੋਂ ਕਰਵਾਇਆ ਔਰ ਕੀ ਸੋਚ ਕੇ ਕਰਵਾਇਆ ਕਿ ਉਹ ਬੰਦਾ ਪਰਫੈਕਟ ਆ ਉਹਦੇ ਲਈ ਬਿਲਕੁਲ ਜੀ ਕਿੱਕ ਮਾਸਟਰਸ ਨੇ ਹਮ ਉਹਨਾਂ ਨੇ ਮਿਊਜ਼ਿਕ ਕੀਤਾ ਕਿੱਕ ਮਾਸਟਰਸ ਕਿੱਕ ਮਾਸਟਰਸ ਉਹਨਾਂ ਨੇ ਮਿਊਜ਼ਿਕ ਕੀਤਾ ਜੀ ਬਾਕੀ ਹਰ ਚੀਜ਼ ਤੇ ਡਿਪੈਂਡ ਕਰਦਾ ਜੀ ਬੰਦੇ ਦੀ ਕਿੰਨਾ ਟਿਊਨਿੰਗ ਆ ਕਿੰਨਾ ਤੇ ਤੁਸੀਂ ਮਿਲੇ ਕਿਦਾਂ ਕਿ ਇੱਕ ਮਾਸਟਰਸ ਨੂੰ ਕਿੱਕ ਮਾਸਟਰ ਸਾਡੇ ਭਰਾ ਹੀ ਨੇ ਜੀ ਹਾਂਜੀ ਉਹਨਾਂ ਨਾਲ ਕਾਫੀ ਮੁਲਾਕਾਤ ਪਹਿਲਾਂ ਦੀ ਹੁੰਦੀ ਰਹੀ ਤੇ ਫਿਰ ਅਸੀਂ ਮਤਲਬ ਰਲ ਕੇ ਸਲਾਹ ਕੀਤੀ ਗਏ ਹੋਣ ਗਾਣਾ ਇਹ ਬਣਾਈਏ ਤੇ ਬਣਾ ਸਕਦੇ ਆ ਅੱਛਾ ਪੰਜਾਬੀ ਦੀ ਖਾਸੀਅਤ ਹੈ ਸਾਰਿਆਂ ਨੂੰ ਭਰਾ ਬੋ ਬਣਾ ਜਲਦੀ ਬਣਾ ਲੈਂਦੇ ਨੇ ਬਿਲਕੁਲ ਆਪਾਂ ਵੀ ਭਰਾ ਹੀ ਆ ਬਿਲਕੁਲ ਬਿਲਕੁਲ ਨਹੀਂ ਪੰਜਾਬੀ ਮਿਲਾਪੜੇ ਹੁੰਦੇ ਨਾ ਆਪਸ ਵਿੱਚ ਬਿਲਕੁਲ ਬਿਲਕੁਲ ਸਹੀ ਹੈ ਜਲਦੀ ਭਰਾ ਬੰਦਗੀ ਜਲਦੀ ਬਣ ਜਾਂਦੀ ਹੈ ਨਾ ਸਹੀ ਗੱਲ ਹੈ ਤੁਸੀਂ ਵੀਡੀਓ ਕਿੰਨਾ ਕੋਲ ਕਰਵਾਈ ਇਸ ਗਾਣੇ ਦੀ ਵੀਡੀਓ ਸਾਡੇ ਉਹ ਵੀ ਵੱਡੇ ਭਰਾ ਜੇਸੀ ਤੁਨਵਾ ਸਾਹਿਬ ਉਹਨਾਂ ਨੇ ਵੀਡੀਓ ਕੀਤੀ ਹੈ ਜੀ ਹਾਂਜੀ ਤੇ ਉਹਨਾਂ ਨੇ ਬਹੁਤ ਵਧੀਆ ਸਾਰਿਆਂ ਨੇ ਪਸੰਦ ਕੀਤੀ ਵੀਡੀਓ ਉਹਨਾਂ ਨੇ ਬਹੁਤ ਵਧੀਆ ਇਹਨੂੰ ਫਿਲਮ ਆਇਆ ਕਿਵੇਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਉਹਨਾਂ ਨਾਲ ਕੰਮ ਕਰਾ ਬਹੁਤ ਵਧੀਆ ਜੀ ਜਸਪ੍ਰੀਤ ਭਾਈ ਸਾਡੇ ਉਹ ਵੀ ਨੇ ਇਸ ਵੀਡੀਓ ਵਿੱਚ ਐਸਾ ਜੀ ਅਸੀਰ ਨਾਲ ਮਿਲ ਕੇ ਕੰਮ ਕੀਤਾ ਬਹੁਤ ਵਧੀਆ ਹਾਸੇ ਖੇਡੀਆਂ ਜੀ ਹੋ ਗਿਆ ਸਾਰਾ ਕੁਝ ਵਧੀਆ ਹੋ ਗਿਆ ਬਹੁਤ ਵਧੀਆ ਸ਼ੋਗਲ ਮੇਲੇ ਚ ਕੰਮ ਨੀ ਕੋਈ ਕਿਸੇ ਤਰ੍ਹਾਂ ਦੀ ਉਹ ਦਿੱਕਤ ਨਹੀਂ ਆਈ ਸਾਰਾ ਮਤਲਬ ਕਿ ਵਧੀਆ ਉਸ ਬਾਬੇ ਦੀ ਕਿਰਪਾ ਨਾਲ ਹੀ ਵਧੀਆ ਹੋ ਗਿਆ ਤੁਸੀਂ ਸ਼ੂਟ ਉਹਦਾ ਇੰਡੀਆ ਚ ਕੀਤਾ ਸਾਰਾ ਯਾਰ ਹਾਂਜੀ ਹਾਂਜੀ ਉਹ ਚੰਡੀਗੜ੍ਹ ਤੇ ਸਾਰਾ ਕੋਲ ਕੀਤਾ ਜੀ ਉਹਦਾ ਸ਼ੂਟ ਇਦਾਂ ਦੀ ਚੀਜ਼ ਹੋਈ ਕਿ ਜਿਹੜੀ ਤੁਹਾਨੂੰ ਯਾਦ ਰਹਿ ਗਈ ਹੋਵੇ ਕਿ ਯਾਰ ਗਾਣੇ 'ਚ ਨਾ ਇਦਾਂ ਇੱਕ ਹਾਸਾ ਵਾਪਰ ਗਿਆ ਸੀ ਜਾਂ ਆਹ ਇਨਸੀਡੈਂਟ ਹੋਇਆ ਸੀ ਸਾਰੇ ਹੱਸੇ ਹੋਣ ਜਾਂ ਕੋਈ ਟਰੈਜੇਡੀ ਹੋਈ ਹੋਵੇ ਉਹ ਸਾਰੇ ਮਤਲਬ ਕਿ ਜੇ ਮੈਂ ਨਹੀਂ ਸਹੀ ਕਰਦਾ ਸੀ ਮੇਰੇ ਤੇ ਹੱਸਦੇ ਸੀ ਵੈਸੇ ਵੈਸੇ ਸਾਰਾ ਠੀਕ ਗਿਆ ਬਾਬੇ ਦੀ ਕਿਰਪਾ ਰਹੀ ਕੋਈ ਇਦਾਂ ਦੀ ਗੱਲ ਨਹੀਂ ਹੋਈ ਵੀ ਜੇ ਨਾ ਮਤਲਬ ਕਿ ਮਿਸ ਹੈਪਨਿੰਗ ਕੋਈ ਨਹੀਂ ਹੋਈ ਸਾਰੇ ਵਧੀਆ ਰਿਆ ਜੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਮੈਂ ਦੇਖਿਆ ਤੁਸੀਂ ਕਾਫੀ ਲੁੱਕ ਵੀ ਆਪਣੀ ਅੱਛੀ ਰੱਖੀ ਗਾਣੇ ਵਿੱਚ ਕੁੜਤਾ ਵਜਮਾ ਪਾਇਆ ਮੁੱਛਕੁੰਡੀ ਰੱਖੀ ਆ ਪੂਰੇ ਸ਼ੌਂਕ ਦਿਖਾਏ ਨੇ ਕਬੂਰੂ ਦੇ ਕੋਸ਼ਿਸ਼ ਕੀਤੀ ਹੈ ਜੀ ਬਿਲਕੁਲ ਤੁਹਾਡੀ ਪਰਸਨਲ ਲਾਈਫ ਬਾਰੇ ਵੀ ਗੱਲ ਕਰਾਂਗੇ ਹਰਜੋਤ ਜੋ ਤੁਸੀਂ ਕੀ ਪਸੰਦ ਕਰਦੇ ਹੋ ਕੀ ਨਹੀਂ ਪਸੰਦ ਕਰਦੇ ਹੋ ਸਭ ਕੁਝ ਜਾਣਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬਿਲਕੁਲ ਜੀ ਬਿਲਕੁਲ ਦੋਸਤੋ ਅਸੀਂ ਹਰਜੋਤ ਦੀ ਜ਼ਿੰਦਗੀ ਬਾਰੇ ਬੜਾ ਕੁਝ ਅਜੇ ਜਾਣਨਾ ਹੈ ਤੁਸੀਂ ਕਿਤੇ ਨਹੀਂ ਜਾਣਾ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਤੁਸੀਂ ਦੇਖਦੇ ਰਹੋ ਪੀਟੀਸੀ ਵੈਲਕਮ ਬੈਕ ਦੋਸਤੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ ਗੱਲਾਂ ਚੱਲ ਰਹੀਆਂ ਨੇ ਸਿੰਘ ਹਰਜੋਤ ਦੇ ਨਾਲ ਹੁਣ ਜਾਣਾਂਗੇ ਕੁਝ ਪਰਸਨਲ ਲਾਈਫ ਬਾਰੇ ਵੀ ਹਰਜੋਤ ਮੈਨੂੰ ਇਹ ਦੱਸੋ ਕਿ ਜੇਕਰ ਤੁਸੀਂ 2-3 ਸਾਲ ਪਹਿਲਾਂ ਸਿੰਗਰ ਨਾ ਬਣਦੇ ਤਾਂ ਕੀ ਬਣਦੇ ਮੇਰਾ ਤਾਂ ਪਈ ਸ਼ੁਰੂ ਤੋਂ ਐਮਰਿਆ ਸਿੱਖਣਾ ਹੈਣਾ ਜੀ ਤੇ ਮੈਂ ਸਿੱਖ ਕੇ ਕੋਸ਼ਿਸ਼ ਹੁੰਦੀ ਕਿ ਪ੍ਰੋਫੈਸ਼ਨ ਦੀ ਜੇ ਇਹੀ ਚੁਣਿਆ ਜਾਵੇ ਤਾਂ ਵਧੀਆ ਹੁੰਦਾ ਜੀ ਮੈਂ ਹੁਣ ਇਹ ਜਾਨਣਾ ਚਾਹੁੰਦਾ ਕਿ ਇਹ ਗੱਭਰੂ ਦੇ ਲਿਖਣ ਤੋਂ ਗਾਣ ਤੋਂ ਇਲਾਵਾ ਕੀ ਕੀ ਸ਼ੌਂਕ ਨੇ ਸ਼ੌਂਕ ਮੇਰਾ ਜੀ 뮤직 ਚੰਗਾ 뮤직 ਸੁਣਨ ਦਾ ਸ਼ੌਂਕ ਆ ਮੇਰਾ ਸਭ ਤੋਂ ਵੱਡਾ ਸ਼ੌਂਕ ਜਿਹੜੇ ਪੁਰਾਣੇ ਆਪਣੇ ਲੇਜੈਂਡਸ ਆ ਮੈਂ ਉਹਨਾਂ ਨੂੰ ਸੁਣਨਾ ਬਹੁਤ ਪਸੰਦ ਕਰਦਾ ਜੀ ਉਹ ਮੇਰਾ ਬਹੁਤ ਮਤਲਬ ਵੱਡਾ ਸ਼ੌਂਕ ਹੈ ਗਾਉਣਾ ਤਾਂ ਹੈ ਹੀ ਆ ਜੀ ਗਾਉਣਾ ਸਭ ਤੋਂ ਵੱਡਾ ਸ਼ੌਂਕ ਆ ਬਸ ਗਾਉਣਾ ਸੰਗੀਤ ਨਾਲ ਮੇਰਾ ਪਿਆਰ ਕਿਸੇ ਹੋਰ ਬਾਰੇ ਸੋਚਿਆ ਨਹੀਂ ਬਾਕੀ ਜਿਹੜੇ ਸ਼ੌਂਕ ਆ ਉਹ ਗਾਣੇ 'ਚ ਦਿਖਾ ਦਿੰਦੇ ਬਿਲਕੁਲ ਬਿਲਕੁਲ ਉਹ ਹੈਗੇ ਆ ਸਹੀ ਗੱਲ ਹੈ ਹਰਜੋਤ ਜੇ ਜੇਕਰ ਤੁਸੀਂ ਸਿੰਗਰ ਨਾ ਹੁੰਦੇ ਤਾਂ ਕੀ ਹੁੰਦੇ ਇਹ ਤਾਂ ਫਿਆ ਜੀ ਕਿਉਂਕਿ ਮੈਂ ਕਦੀ ਕਦੀ ਸੋਚਿਆ ਨਹੀਂ ਜੀ ਕਿਸੇ ਹੋਰ ਚੀਜ਼ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜੀ ਜਾਂ ਫਿਰ ਜਾਂ ਫਿਰ ਬਾਹਰ ਹੁੰਦਾ ਜੀ ਇਹ ਕਹਿ ਸਕਦੇ ਜਿਵੇਂ ਪੰਜਾਬੀ ਆਪਣੇ ਜਾਂਦੇ ਨੇ ਸਾਰੇ ਹੈਨਾ ਹਾਂ ਜੀ ਮਤਲਬ ਪਰ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਆਰਡੀਨਰੀ ਲਾਈਫ ਹੁੰਨੀ ਸੀ ਆਮ ਜਿਹੀ ਜ਼ਿੰਦਗੀ ਮੈਂ ਮੈਂ ਤਾਂ ਕਦੀ ਮਤਲਬ ਸਿੰਗਿੰਗ ਸਿੰਗਿੰਗ ਸਿੱਖੀ ਸਿੱਖ ਕੇ ਮਤਲਬ ਕਿ ਮਤਲਬ ਸਿੱਖ ਰਿਆਂ ਜਦਾਂ ਸਿੱਖੀ ਨਹੀਂ ਸਿੱਖ ਰਿਆਂ ਮਤਲਬ ਮੈਂ ਤਾਂ ਕਿਸੇ ਹੋਰ ਚੀਜ਼ ਵੱਲ ਕੱਟ ਕਾਟੀ ਤੇ ਹੰਦ ਦਿੱਤਾ ਮਤਲਬ ਜਿਆਦਾ ਨਹੀਂ ਦਿੱਤਾ ਮੈਂ ਇਹ ਸਿੰਗਿੰਗ ਵਾਲੀ ਮੈਂ ਮਤਲਬ ਮੈਂ ਸੋਚਿਆ ਸੀ ਉਸ ਵਾਇਕ੍ਰੂ ਦਾ ਨਾਮ ਲੈ ਕੇ ਚੱਲੇ ਆ ਬਿਲਕੁਲ ਬੇੜੀ ਪਾਰ ਹੋ ਗਈ ਕਿਉਂਕਿ ਜੇ ਬੇੜੀ ਪਾਰ ਕਰਵਾਈ ਵੀ ਹੈ ਪਰਮਾਤਮਾ ਨੇ ਬਿਲਕੁਲ ਬਿਲਕੁਲ ਮੈਂ ਬਹੁਤ ਜਿਆਦਾ ਸ਼ੁਕਰਗੁਜ਼ਾਰ ਆ ਪਰਮਾਤਮਾ ਦਾ ਤੇ ਸਾਰੇ ਸਰੋਤਿਆਂ ਦਾ ਹਰਜੋਤ ਹਰੇਕ ਬੰਦਾ ਆਪਣੀ ਲਾਈਫ ਚ ਨਾ ਪ੍ਰਭਾਵਿਤ ਹੁੰਦਾ ਕਿਸੇ ਤੋਂ ਜਿੰਨੂੰ ਦੇਖ ਕੇ ਵੱਡਾ ਹੁੰਦਾ ਹੈ ਉਹ ਤੋਂ ਸਿੱਖਦਾ ਹੈ ਤੁਸੀਂ ਮਿਊਜ਼ਿਕ 'ਚ ਆਏ ਹੋ ਕਿਨੂੰ ਆਪਣਾ ਆਈਡਲ ਮੰਨਦੇ ਹੋ ਕਿ ਮੈਂ ਉਹਨੂੰ ਦੇਖ ਕੇ ਬਣਿਆ ਮੈਂ ਸਾਰੇ ਜਿਹੜੇ ਲੇਜੈਂਡਸ ਮੈਂ ਉਹਨਾਂ ਦੀ ਬਹੁਤ ਜ਼ਿਆਦਾ ਸੁਣਦਾ ਉਹਨਾਂ ਨੂੰ ਸਾਰਿਆਂ ਵੱਲ ਦੇਖਦਾ ਸਾਰਿਆਂ ਤੋਂ ਕੋਈ ਨਾ ਕੋਈ ਕੋਈ ਨਾ ਕੋਈ ਗੱਲ ਲੈਂਦਾ ਜਿਹਦਾ ਮਾਨਕ ਸਿੰਘ ਸਾਹਿਬ ਹੋਣਾ ਤੋਂ ਉਹਨਾਂ ਤੋਂ ਸਾਰੇ ਸੁਣਦੇ ਆ ਜੀ ਕਿਉਂਕਿ ਉਹਨਾਂ ਤੋਂ ਉਹ ਤਾਂ ਬਾਦਸ਼ਾਹ ਨੇ 골ਡਨ ਸਟਾਰ ਮਲਕੀਤ ਸਿੰਘ ਜੀ ਉਸਤਾਦ ਜੀ ਉਹਨਾਂ ਨੂੰ ਮੈਂ ਬਹੁਤ ਦੇਖ ਕੇ ਉਹਨਾਂ ਦਾ ਮਤਲਬ ਉਹਨਾਂ ਤੋਂ ਵੀ ਬਹੁਤ ਪ੍ਰਭਾਵਿਤ ਆ ਉਹਨਾਂ ਦੇ ਸਾਰੇ ਗਾਣੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਹੀ ਕਰਦੇ ਆ ਉਹਨਾਂ ਦੀ ਆਵਾਜ਼ ਤੁਸੀਂ ਮਲਕੀਤ ਸਿੰਘ ਜੀ ਦਾ ਨਾਮ ਲਿਆ ਉਹਨਾਂ ਤੋਂ ਤੁਸੀਂ ਸਿੱਖਿਆ ਵੀ ਹੈ ਕਿਹੜਾ ਐਸਾ ਉਹਨਾਂ ਦਾ ਗਾਣਾ ਜਿਹੜਾ ਤੁਹਾਨੂੰ ਬਹੁਤ ਪਸੰਦ ਹੈ ਮੈਨੂੰ ਸਾਰੇ ਗਾਣੇ ਬਹੁਤ ਪਸੰਦ ਆ ਮੈਂ ਕਿਸੇ ਇੱਕ ਦੀ ਤੇ ਦੋ ਲਾਈਨਾਂ ਹੋ ਜਾਣ ਹਾਂਜੀ ਬਿਲਕੁਲ ਅਸ਼ਾ ਹਵਾ ਜਿਹਦਾ ਜੇ ਢੋਲ ਹੋਵੇ ਬੋਤਲ ਵੀ ਕੋਲ ਹੋਵੇ ਹੋ ਦੱਸੋ ਫਿਰ ਮੁੰਡਿਆਂ ਕੋ ਕਿੱਦਾਂ ਕੰਟਰੋਲ ਹੋਵੇ ਚੱਕ ਦੇਣੇ ਫੱਟੇ ਨੱਚ ਨੱਚ ਬੇੜਾ ਪੱਟਣਾ ਤੇ ਅੱਜ ਨਹੀਂ ਜੇ ਨੱਚਣਾ ਤੇ ਅੱਜ ਨਹੀਂ ਜੇ ਨੱਚਣਾ ਤੇ ਫੇਰ ਕਦੋਂ ਨੱਚਣਾ ਉਹ ਅੱਜ ਨਹੀਂ ਜੇ ਨੱਚਣਾ ਤੇ ਫੇਰ ਕਦੋਂ ਨੱਚਣਾ ਵਾਹ ਯਾਰ ਹਰਜੋਤ ਤੈਨੂੰ ਕਦੀ ਕਿਸੇ ਨੇ ਕਿਹਾ ਕਿ ਤੁਸੀਂ ਬਿਲਕੁਲ ਮਲਕੀਰ ਸਿੰਘ ਵਾਂਗੂ ਹੀ ਗਾਉਂਦੇ ਹੋ ਮੈਨੂੰ ਤਾਂ ਉਹ 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 ਸਟਾਈਲ ਨਹੀਂ ਨਹੀਂ ਸੀਰੀਅਸਲੀ ਉਹ ਸਟਾਈਲ ਲੱਗਾ ਬਿਲਕੁਲ ਉਹ ਉਹ ਆਈਡੀਅਲ ਜਿਹਨੂੰ ਆਪਾਂ ਆਈਡੀਅਲ ਦੇਖਦੇ ਆਂ ਜੀ ਇਹਨੂੰ ਸੁਣਦੇ ਆਂ ਹਣਾ ਸ਼ੁਰੂ ਤੋਂ ਬਿਲਕੁਲ ਸਰਜੀਤ ਬਿੰਦਰ ਰਖਿਆ ਸਾਹਿਬ ਨੂੰ ਵੀ ਮੈਂ ਬਹੁਤ ਜ਼ਿਆਦਾ ਸੁਣਦਾ ਜੀ ਅਚਾਰਜੋਤ ਫਿਊਚਰ ਚ ਹੁਣ ਕੀ ਪਲੈਨਿੰਗ ਨੇ ਅੱਗੇ ਕੀ ਦੇਖਣ ਨੂੰ ਮਿਲੇਗਾ ਸਾਨੂੰ ਜਲਦੀ ਅ ਫਿਊਚਰ ਚ ਭਾਜੀ ਗਾਣੇ ਕਈ ਮਤਲਬ ਲਾਈਨ ਚ ਨੇ ਹਮ ਹਮ ਕਿਉਂਕਿ ਸਾਡੀ ਲਾਈਨ ਹੀ ਤੁਹਾਨੂੰ ਪਤਾ ਥੋੜੀ ਔਖੀਆ ਕੁਝ ਕਹਿ ਨਹੀਂ ਸਕਦੇ ਕਦੋਂ ਆਪਾਂ ਰਿਲੀਜ਼ ਕਰਾਂਗੇ ਪਰ ਜਲਦੀ ਬਹੁਤ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਹੁਣ ਬੈਕ ਟੂ ਬੈਟ ਕਰਦੇ ਰਹੀਏ ਜੀ ਜਿਵੇਂ ਤੁਹਾਡਾ ਇਹ ਪੰਗੜੇ ਵਾਲਾ ਸੀ ਬੀਟ Song ਸੀ ਹੁਣ ਅੱਗੇ ਕਿਸ ਮੂਡ ਦਾ ਗਾਣਾ ਲੈ ਕੇ ਆ ਰਹੇ ਹੋ ਅੱਗੇ ਸਾਡਾ ਪਲਾਨ ਹੈ ਜੀ ਰੋਮਾਂਟਿਕ ਬੀਟ ਟਾਈਪ ਬਿਲਕੁਲ ਜੀ ਮੁੰਡਾ ਹਰਮੈਸ ਕਰੇਗਾ ਕਰਨਾ ਬਣਦਾ ਕੋਈ ਅਸੀ ਗੱਲ ਨਹੀਂ ਬਣਦਾ ਮੁੰਡਾ ਜਵਾਨ ਹੈ ਸੋਨਾ ਸਾਨੂੰ Facebook ਤੇ ਬਹੁਤ ਮੈਸੇਜ ਆਏ ਜੀ ਹੁਣ ਰੋਮਾਂਟਿਕ ਬੀਟ ਕਰੋ ਜੀ ਹਾਂਜੀ ਚਾਹੋ ਕਦੀ ਆਡੀਅנס ਦੀ رائے ਵੀ ਲੈਂਦੇ ਕਿ ਹੁਣ ਮੈਂ ਅੱਗੇ ਕੀ ਕਰਾਂ ਸਾਰੇ ਦੇਖੋ ਜੀ ਜਦੋਂ ਆਪਾਂ ਕਿਸੇ ਪ੍ਰੋਗਰਾਮ ਤੇ ਜਾਂਦੇ ਆ ਹਨਾ ਜੀ ਜਾਂ ਕਿਸੇ ਹੋਰ ਜਗ੍ਹਾ ਜਿੱਥੇ ਤੁਹਾਨੂੰ ਫਰਮਾਇਸ਼ ਆਉਂਦੀ ਵੀ ਆ ਗਾਣਾ ਸੁਣਾਓ ਜਾਂ ਇਦਾਂ ਦਾ ਕੁਝ ਹਨਾ ਉੱਥੋਂ ਵੀ ਹੋ ਜਾਂਦੀ ਵੀ ਵੀ ਆਪਾਂ ਨੂੰ ਕਿਦਾਂ ਦਾ ਕਰਨਾ ਚਾਹੀਦਾ ਫੇਸਬੁੱਕ ਤੇ ਮੈਸੇਜ ਬਹੁਤ ਮੇਰੇ ਸਾਰੇ ਪਿਆਰ ਕਰਨ ਵਾਲੇ ਕਰਦੇ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਜਿਹੜੇ ਮੈਨੂੰ ਮੈਸੇਜ ਕਰਦੇ ਆ ਫੇਸਬੁੱਕ ਤੇ ਪੇਜ ਸਾਡਾ ਸਿੰਘ ਹਰਜੋਤ ਇੰਸਟਾਗ੍ਰam ਤੇ ਵੀ ਆ ਜੀ ਸਿੰਘ ਹਰਜੋਤ ਲਾਈਵ ਸਾਰੇ ਉਥੇ ਮੈਸੇਜ ਕਰਦੇ ਆ ਆਪਣੇ ਆਪਣੇ ਸੁਜੈਸ਼ਨ ਦਿੰਦੇ ਰਹਿੰਦੇ ਆ ਫਿਰ ਉਥੋਂ ਦਿਮਾਗ 'ਚ ਕੋਈ ਨਾ ਕੋਈ ਆਈਡੀਆ ਆਉਂਦਾ ਰਹਿੰਦਾ ਜੀ ਹਰ ਜੋ ਕੁਝ ਜਿਹੜਾ ਅੱਗੇ ਆ ਰਿਹਾ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਅ ਜਲਦੀ ਕਰਾਂਗੇ ਜੀ ਪੀਡੀਸੀ ਦੇ ਰਾਈ ਜਲਦੀ ਕਰਾਂਗੇ ਮਤਲਬ ਹਲੇ ਆਡੀਅנס ਨੂੰ ਕੁਝ ਸਰਪ੍ਰਾਈਜ਼ ਰੱਖਣਾ ਚਾਹੁੰਦੇ ਹਾਂ ਜੀ ਮੈਂ ਰੋਮਾਂਟਿਕ ਬੀਟ ਕੁਝ ਕਰੂੰਗਾ ਅ ਪੀਡੀਸੀ ਦੇ ਰਾਈ ਜਲਦੀ ਸਾਰਿਆਂ ਨੂੰ ਦੇਖਣ ਨੂੰ ਮਿਲੂਗਾ ਸੋ ਸਾਡੀਆਂ ਬੈਸਟ ਵਿਸ਼ੇ ਤੁਹਾਡੇ ਨਾਲ ਨੇ ਹਮੇਸ਼ਾ ਥੈਂਕ ਯੂ ਜੀ ਪੀਟੀਸੀ ਔਰ ਮੇਰੇ ਵੱਲੋਂ ਇਹੀ ਦੁਆਵਾਂ ਨੇ ਕਿ ਤੁਸੀਂ ਹਮੇਸ਼ਾ ਆਪਣੇ ਮੰਜ਼ਲਾਂ ਨੂੰ ਪਾਓ ਉਹਨਾਂ ਦੇ ਖਰੇ ਉਤਰੋ ਲੋਕਾਂ ਦੀ ਆਡੀਅנס ਦੇ ਜੋ ਵੀ ਤੁਹਾਡੇ ਤੋਂ ਚਾਹੁੰਦੇ ਨੇ ਉਹ ਤੁਸੀਂ ਬਖੂਬੀ ਇਦਾਂ ਹੀ ਦਿੰਦੇ ਰਹੋ ਉਹਨਾਂ ਨੂੰ ਔਰ ਹਮੇਸ਼ਾ ਚੜ੍ਹਦੀਆਂ ਕਲਾ ਚਲੋ ਥੈਂਕ ਯੂ ਜੀ ਮਿਲਦੇ ਹਾਂ ਸਸਰੀਆ ਕਾਲ ਫਰੈਂਡਸ ਐਸੀ ਸਿੰਘ ਹਰਜੋਤ ਦੇ ਨਾਲ ਖਾਸ ਮੁਲਾਕਾਤ ਹੁਣ ਸਮਾਂ ਹੋ ਚੱਲਿਆ ਤੁਹਾਨੂੰ ਟਾਟਾ ਬਾਏ ਬਾਏ ਕਰਨ ਦਾ ਦੋਸਤੋ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ ਇੱਕ ਹੋਰ ਉੱਪਰ ਤੇ ਹੋਏ ਕਲਾਕਾਰ ਦੇ ਨਾਲ ਤੇ ਜਾਣਾਂਗੇ ਉਹਨਾਂ ਦੇ ਦਿਲ ਦੀਆਂ ਰਮਜ਼ਾਂ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਪੀਟੀਸੀ ਚੱਕ ਦੇ ਸਸਰੀਆ ਕਾਲ ਜੀ